ਜੀ ਹਾਂ ਦੋਸਤੋ, ਜੇ ਤੁਹਾਨੂੰ ਵੀ ਅਗਰ ਬਦ ਹਾਜ਼ਮਾ, ਖੱਟੇ ਡਕਾਰ ਆਉਂਦੇ ਨੇ ਜਾਂ ਤੁਹਾਡੀ ਪਾਚਨ ਕਿਰਿਆ ਸਹੀ ਨਹੀਂ ਹੈਗੀ, ਤੁਹਾਨੂੰ ਵੀ ਗੈਸ ਬਣਦੀ ਆ, ਪੇਟ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਚਿੰਤਾ ਨਾ ਕਰਿਓ। ਵਧੀਆ ਅਤੇ ਐਕਸੈਸਫੁੱਲ ਜਿਹੜਾ ਕਾਰਗਰ ਨੁਸਖਾ ਗਾ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ। ਕੋਈ ਜ਼ਿਆਦਾ ਮਹਿੰਗਾ ਵੀ ਨਹੀਂ, ਸਸਤਾ ਜਿਹਾ ਹੀ ਹੈ, ਪਰ ਇਹਦਾ ਸੇਵਨ ਕਰਨ ਦਾ ਤਰੀਕਾ ਵੀ ਦੱਸਾਂਗੇ ਵੀ ਕਿਵੇਂ ਇਹਨੂੰ ਖਾਣਾ ਗਾ, ਕਿਸ ਤਰੀਕੇ ਦੇ ਨਾਲ ਇਹਦਾ ਸੇਵਨ ਕਰਨਾ ਗਾ। ਜੀ ਹੁਣ ਤੁਹਾਨੂੰ ਮੈਂ ਦੱਸਣ ਜਾ ਰਿਹਾ ਜੀ, ਪੇਟ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਰੋਗ ਹੋਣ, ਬਦ ਹਾਜ਼ਮੀ ਆ, ਖੱਟੇ ਡਕਾਰ ਆਉਂਦੇ ਨੇ, ਜਾਂ ਫਿਰ ਗੈਸ, ਤੇਜ਼ਾਬ ਜਾਂ ਪੇਟ ਚੰਗੀ ਤਰ੍ਹਾਂ ਨਹੀਂ ਸਾਫ਼ ਹੁੰਦਾ, ਇਹ ਕੋਈ ਵੀ ਸਮੱਸਿਆ ਹੋਵੇ ਤਾਂ ਤੁਹਾਨੂੰ ਇੱਕ ਆਪਾਂ ਅੱਜ ਮੁਰੱਬਾ ਦੱਸਦੇ ਹਾਂ ਜੀ। ਮੁਰੱਬਾ, ਇਹ ਜਿਹੜਾ ਮੁਰੱਬਾ ਹੈਗਾ ਨਾ, ਤੁਸੀਂ ਦੇਖਿਆ ਵੀ ਹੋਣਾ, ਇਹ ਦੱਸੋ ਵੀ ਪਹਿਲਾਂ ਤਾਂ ਇਹ ਦੱਸੋ ਵੀ ਕਿਹਨੇ ਦੇਖਿਆ। ਆਹ ਦੇਖੋ, ਆਹ ਡੱਬੀ 'ਚ ਪਿਆ ਹੋਇਆ ਮੁਰੱਬਾ ਤੁਹਾਨੂੰ ਨਜ਼ਰ ਆ ਰਿਹਾ, ਇਹ ਹੈਗਾ ਜੀ ਬਿੱਲ ਦਾ ਮੁਰੱਬਾ। ਬਿੱਲ ਇੱਕ ਦਰਖਤ ਨੂੰ ਲੱਗਦਾ ਹੁੰਦਾ ਗਾ, ਜਿਵੇਂ ਨਾ ਐਡੇ ਬੋਲਾਂ ਜੀਆਂ ਹੁੰਦੀਆਂ ਨੇ, ਉਹ ਬਿੱਲ ਕਈ ਵਾਰੀ ਤੁਸੀਂ ਦੇਖਿਆ ਵੀ ਹੋਣਾ, ਇਹ ਬਿੱਲ ਦਾ ਮੁਰੱਬਾ ਜੀ। ਠੀਕ ਹੈ ਜੀ, ਇਹ ਹੁੰਦਾ ਠੰਡਾ ਗਾ, ਜਿਵੇਂ ਆਪਾਂ ਗਰਮੀਆਂ ਦੇ ਵਿੱਚ ਇਹਦਾ ਸੇਵਨ ਕਰ ਸਕਦੇ ਹਾਂ, ਗਰਮੀਆਂ ਦੇ ਵਿੱਚ, ਸਿਆਲਾਂ ਦੇ ਵਿੱਚ ਜੇ ਆਪਾਂ ਲੈਣਾ ਵੀ ਤਾਂ ਥੋੜ੍ਹੀ ਮਾਤਰਾ 'ਚ ਲੈਣਾ, ਕਿਉਂਕਿ ਜਿਵੇਂ ਸੌਂਫ ਠੰਡੀ ਹੁੰਦੀ ਹੈ ਨਾ, ਇਹ ਵੀ ਬਿਲਕੁਲ ਠੰਡਾ ਹੁੰਦਾ, ਜਿਵੇਂ ਆਪਾਂ ਸਰਦਈ ਪੀਂਦੇ ਹਾਂ ਗਰਮੀਆਂ ਦੇ ਵਿੱਚ, ਵੀ ਉਹ ਸਰੀਰ ਨੂੰ ਉਹ ਤਾਕਤ ਦਿੰਦੀ ਆ, ਠੰਡਾ ਰੱਖਦੀ ਆ, ਅਤੇ ਜਿਹੜਾ ਆਪਣਾ ਪਾਚਨ ਕਿਰਿਆ ਉਹਨੂੰ ਸ਼ੁੱਧ ਕਰਦੀ ਆ। ਇਸੇ ਤਰ੍ਹਾਂ ਇਹਦੇ ਗੁਣ ਵੀ ਬਹੁਤ ਨੇ, ਇਹ ਜਿਹੜਾ ਬਿੱਲ ਦਾ ਮੁਰੱਬਾ ਇਹਦੇ ਗੁਣ ਬਹੁਤ ਜ਼ਿਆਦਾ ਨੇ। ਆਪਾਂ ਇਹਨੂੰ ਐਂ ਕਹਿ ਕੇ ਛੱਡ ਦਿੰਦੇ ਹਾਂ ਵੀ ਇਹ ਕੱਦੂਆਂ ਵਰਗਾ, ਜਦ ਇਹਦਾ ਖਾ ਕੇ ਕੀ ਕਰਾਂਗੇ, ਪਰ ਜਿਹੜਾ ਕੋਈ ਖਾਂਦਾ ਉਹਨੂੰ ਪੁੱਛ ਕੇ ਦੇਖਿਓ ਵੀ ਤੁਹਾਡਾ ਸਰੀਰ ਕਿਵੇਂ ਆ, ਉਹਦਾ ਸਰੀਰ ਅਗਲਾ ਕੋਈ, ਮੇਰਾ ਸਰੀਰ ਬਿਲਕੁਲ ਫਿੱਟ ਆ ਜੀ। ਕਿਉਂ ਫਿੱਟ ਆ? ਕਿਉਂਕਿ ਉਹ ਇਹ ਸੇਵਨ ਕਰਦਾ ਇਸ ਚੀਜ਼ ਦਾ। ਜਦੋਂ ਆਪਾਂ ਨੇ ਰੋਟੀ ਖਾ ਲਈ ਨਾ, ਰੋਟੀ ਖਾਣ ਤੋਂ ਬਾਅਦ ਆਪਾਂ 7 ਜਾਂ 10 ਮਿੰਟ, ਵੱਧ ਤੋਂ ਵੱਧ 10 ਮਿੰਟਾਂ ਬਾਅਦ, ਮੰਨ ਲਓ ਆਪਾਂ ਇਹਨੂੰ ਇੰਨਾ ਕੁ ਪੀਸ ਲੈ ਲਓ ਤੁਸੀਂ, ਇੰਨਾ ਕੀ ਬਹੁਤ ਹੈ, ਜ਼ਿਆਦਾ ਤਾਂ ਨਾ ਸੇਵਨ ਕਰੀਏ ਆਪਾਂ, ਇੰਨਾ ਕੁ ਪੀਸ ਤੁਸੀਂ ਚੱਕੋ, ਚੱਕ ਕੇ ਇਹਨੂੰ ਖਾਓ, 5-7 ਮਿੰਟ ਤੋਰਾ ਫੇਰਾ ਕਰ ਲਓ। ਜਿੰਨੇ ਵੀ ਪੇਟ ਦੇ ਰਿਲੇਟਡ ਕੋਈ ਰੋਗ ਹੈ, ਗੈਸ ਆ, ਤੇਜ਼ਾਬ ਹੈ, ਖੱਟੇ ਮਿੱਟੇ ਦਿਖਾਰ ਆਉਂਦੇ ਨੇ, ਤਾਂ ਉਹ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਜੂ ਵੀ ਹਾਂ ਇਹ ਕਿੰਨਾ ਅਸਰਦਾਰ ਨੁਸਖਾ ਗਾ। ਬਾਜ਼ਾਰ 'ਚ ਜਾ ਕੇ ਕਿਸੇ ਵੀ ਤੁਸੀਂ ਦੁਕਾਨ 'ਤੇ ਚਲੇ ਜਾਓ, ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਦੁਕਾਨ 'ਤੇ ਮੁਰੱਬੇ ਰੱਖੇ ਹੋਏ ਨੇ, ਉਹਦੇ ਕੋਲੋਂ ਜਾਓ, ਜਾ ਕੇ ਕਹਿ ਦਿਓ ਵੀ ਮੈਨੂੰ ਬਿੱਲ ਦਾ ਮੁਰੱਬਾ ਦੇ ਦਿਓ, ਅਤੇ ਜ਼ਿਆਦਾ ਤੁਸੀਂ ਮਿੱਠੇ ਵਾਲਾ ਨਹੀਂ ਲੈਣਾ, ਕਈ ਵਾਰੀ ਜ਼ਿਆਦਾ ਨਾ ਇਹਦੇ ਵਿੱਚ ਰਸ ਪਾਇਆ ਹੁੰਦਾ ਮਿੱਠਾ, ਘੱਟ ਰਸ ਵਾਲਾ ਲਿਓ, ਅਤੇ ਉਹ ਤੁਹਾਨੂੰ ਬੜਾ ਫਾਇਦੇ ਕਰਨ ਵਾਲਾ ਗਾ। ਇਹ ਚੀਜ਼ ਨੇ ਬੜਾ ਫਾਇਦਾ ਕਰ ਦੇਣਾ ਗਾ। ਤੁਸੀਂ ਇਹ ਨੁਸਖਾ ਘਰੇ ਵਰਤ ਕੇ ਦੇਖਿਓ, ਪਹਿਲੇ ਦਿਨ ਤੋਂ ਹੀ ਸੇਵਨ ਕਰਨ ਦੇ ਨਾਲ ਤੁਹਾਡੇ ਪੇਟ ਦੇ ਰਿਲੇਟਡ ਕਿੰਨੇ ਵੀ ਰੋਗ ਨੇ ਸਾਰਿਆਂ ਦੇ ਉੱਤੇ ਰਾਮਬਾਣ ਨੁਸਖਾ ਇਹ ਅਸਰ ਕਰਦਾ ਜੀ। ਅਜਮਾ ਕੇ ਜ਼ਰੂਰ ਦੇਖਿਓ, ਫਿਰ ਬਾਅਦ ਵਿੱਚ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਹਾਂ ਇਹ ਜਿਹੜਾ ਨੁਸਖਾ ਗਾ ਕਿੰਨਾ ਕਾਰਗਰ ਹੈ, ਕਿੰਨਾ ਅਸਰ ਕਰਦਾ। ਜ਼ਰੂਰ ਸਾਰਿਆਂ ਨੇ ਇਹ ਨੁਸਖਾ ਅਪਣਾ ਕੇ, ਜਿਨ੍ਹਾਂ ਜਿਨ੍ਹਾਂ ਨੂੰ ਪੇਟ ਦੇ ਰਿਲੇਟਡ ਕੋਈ ਵੀ ਰੋਗ ਹੈ,
ਬਣਾ ਕੇ ਜ਼ਰੂਰ ਦੱਸਿਓ ਜੀ। ਸੋ ਸਾਰਿਆਂ ਦਾ ਧੰਨਵਾਦ।